ਸਤਿ ਸ੍ਰੀ ਅਕਾਲ ਜੀ ਅੱਜ ਦੀ ਕਹਾਣੀ ਰਾਤ ਕਦੋਂ ਬਿਤੇਗੀ ਜੋ ਲਿਖੀ ਗਈ ਆ ਪਰਗਟ ਸਿੰਘ ਸਤਾਰਜੀ ਵੱਲੋਂ ਜਦੋਂ ਪ੍ਰਾਣੇ ਗੱਡੇ ਵਾਂਗ ਟੀਚਕੂਟੀਚ ਕੋ ਕਰਦਾ ਉਹ ਜੇਲ੍ਹ ਦਾ ਬਾਹਰਲਾ ਗੇਟ ਟੱਪਿਆ ਤਾਂ ਬਾਕੀ ਰਹਿਦੀ ਜ਼ਿੰਦਗੀ ਬਾਰੇ ਸੋਚਦਿਆਂ ਉਹਦਾ ਮੱਲੋਂ ਮੱਲੀ ਰੋਣ ਨਿਕਲ ਗਿਆ ਜੀ ਕੀਤਾ ਕਿ ਦੁਬਾਰਾ ਜੇਲ੍ਹ ਵਿੱਚ ਜਾਵੜੇ ਜਿੱਥੇ ਐਨੇ ਸਾਲ ਗੁਜ਼ਾਰ ਦਿੱਤੇ ਰਹਿੰਦੇ 5-7 ਸਾਲ ਇੱਥੇ ਗੁਜ਼ਾਰੀ ਦੇਵੇ। ਇਸ ਘਰ ਵਿੱਚੋਂ ਨਿਕਲ ਕੇ ਉਹ ਕਿਸ ਘਰ ਸਿਰ ਲੁਕਾਏਗਾ? ਉਹਦਾ ਤਾਂ ਘਰ ਸਮੇਂ ਦੀ ਮਾਰਨੇ ਕਦੋਂ ਦਾ ਖੀਰੂ-ਖੀਰੂ ਕਰ ਦਿੱਤਾ ਹੋਵੇਗਾ। ਹੋ ਸਕਦਾ ਕਿਸੇ ਧਨਾੜ ਨੇ ਹੱਕ ਦੇ ਜ਼ੋਰ ਨਾਲ ਦਾਬ ਹੀ ਲਿਆ ਹੋਵੇ। ਉਹਦਾ ਦੁੱਖ-ਸੁੱਖ ਸੁਣਨ ਵਾਲਾ ਆਪਣਾ ਪਰਿਵਾਰ ਵੀ ਨਹੀਂ। ਹੁਣ ਤਾਂ ਉਹ ਇਕੱਲਾ। ਰੋਹਿਟ ਖੜੇ ਇਕੱਲੇ ਝੰਡਵਾਂ ਜੀ ਤੋ ਲੋਕ ਵੀ ਪੈ ਮੰਨ ਕੇ ਪਾਸਾ ਵਟਕੇ ਲੰਘਦੇ ਨੇ ਫਿਰ ਹੁਣ ਉਹ ਕਿਸ ਦਾ ਮੋਹ ਮਾਰਿਆ ਜੇਲੋਂ ਬਾਹਰ ਨਿਕਲ ਕੇ ਪਿੰਡ ਨੂੰ ਤੁਰ ਪਿਆ ਪਿੰਡ ਜਾ ਕੇ ਪੌਂ ਵਾਲੇ ਕੁੱਤੇ ਵਾਂਗ ਥਾਂ ਥਾਂ ਖੱਲਾਂ ਖੁੰਜੀਆਂ ਚ ਲੁਕਣ ਨਾਲੋਂ ਤਾਂ ਉਹ ਜੇਲ੍ਹ 'ਚ ਬੈਠਾ ਹੀ ਚੰਗਾ ਸੀ ਪਰ ਜੇਲ੍ਹ ਵਾਲੇ ਵੀ ਹੁਣ ਉਸ ਨੂੰ ਕਿਉਂ ਰੱਖਣਗੇ ਸਜ਼ਾ ਤਾਂ ਪੂਰੀ ਹੋ ਚੁੱਕੀ ਆ ਜੇਲ੍ਹ 'ਚ ਹੋਰ ਸਮਾਂ ਗੁਜ਼ਾਰਨ ਲਈ ਕੋਈ ਨੇਕ ਕੰਮ ਹੋਰ ਕਰਨਾ ਪਵੇਗਾ ਹਾਂ ਉਨੇ ਨੇ ਕੰਮ ਹੀ ਤਾਂ ਕੀਤਾ ਸੀ ਜੀ ਦੀ ਉਸ ਨੂੰ 20 ਸਾਲੀ ਭੁਗਤਣੀ ਪੈਗੀ ਟੁੱਟਦੇ ਸੁਪਨੇ ਉਹ ਮਜ਼ਦੂਰ ਦੇ ਘਰ ਜਨਮਿਆ ਜਮੰਦਰੂ ਮਜ਼ਦੂਰ ਹੀ ਸੀ ਚਾਹੇ ਉਹਦੇ ਬਾਪੂ ਨੇ ਮਨ 'ਚ ਕਈ ਭਲੇਖੇ ਪਾਲ ਕੇ ਉਹਨੂੰ ਸਕੂਲ ਭੇਜਿਆ ਕਿ ਸ਼ਾਇਦ ਮੇਰਾ ਮੁੰਡਾ ਪੜ੍ਹ ਲਿਖ ਕੇ ਕੋਈ ਛੋਟਾ ਮੋਟਾ ਨੌਕਰ ਹੀ ਬਣ ਜਾਵੇਗਾ ਘਰ ਦੀ ਖੁਸ਼ਕੀ ਚੱਕੀ ਜਾਊ ਪਰਿਵਾਰ ਨੂੰ ਚੱਜ ਨਾਲ ਰੋਟੀ ਜੁੜਦੀ ਹੋ ਜਾਵੇਗੀ ਪਰ ਪਹਿਲੇ ਹੀ ਦਿਨ ਗੰਗੇ ਮਾਸਟਰ ਨੇ ਤੂੰ ਤਾਂ ਜਮਾਂਦਰੂ ਹੀ ਸੀਰੀ ਲੱਗਦਾ ਓਏ ਕਹਿ ਕੇ ਉਹਦੇ ਮਜ਼ਦੂਰ ਹੋਣ ਦੀ ਪੱਕੀ ਮੋਹਰ ਲਾ ਦਿੱਤੀ ਸੀ ਉਹਦਾ ਸਕੂਲ ਆਉਣ ਦਾ ਚਾ ਮਾਸਟਰ ਦੇ ਬਾਖ ਸੁਣ ਕੇ ਪ੍ਰਾਲੀ ਦੀ ਅੱਗ ਵਾਂਗ ਪਹਿਲੇ ਹੀ ਦਿਨ ਠੰਡਾ ਹੋ ਗਿਆ ਉਹਦਾ ਜੀ ਤਾਂ ਕੀਤਾ ਸੀ ਕਿ ਉਹ ਮਾਸਟਰ ਦੇ ਮਤੀਰੇ ਵਰਗੇ ਸਿਰ ਵਿੱਚ ਦੰਦੀ ਵੱਢ ਲਵੇ ਪਰ ਮਾਸਟਰ ਦੀਆਂ ਬੇਰਾਂ ਵਰਗੀਆਂ ਗੋਲ ਅੱਖਾਂ ਦੀ ਘੂਰੀ ਤੋਂ ਉਹ ਦਰਾ ਗਿਆ ਸੀ ਅਗਲੇ ਦਿਨ ਬਾਪੂ ਦੇ ਲੱਖ ਯਤਨ ਕਰਨ ਤੇ ਵੀ ਉਹ ਸਕੂਲ ਨਹੀਂ ਸੀ ਗਿਆ ਬਾਪੂ ਦੇ ਸੁਪਨਿਆਂ ਦੇ ਰੁੱਖ ਨੂੰ ਉਗਣ ਤੋਂ ਪਹਿਲਾਂ ਹੀ ਗੰਗੇ ਮਾਸਟਰ ਦੇ ਪੱਥਰ ਵਰਗੇ ਬੋਲਾ ਨੇ ਮਿੱਦ ਦਿੱਤਾ ਸੀ ਹਰਖਿਆ ਹੋਇਆ ਬਾਪੂ ਉਸ ਦਿਨ ਹੀ ਸੁਪਨਿਆਂ ਨੂੰ ਲਾਂਬੂ ਲਾ ਕੇ ਉਹਨੂੰ ਕਿਸੇ ਦੀਆਂ ਮੱਜਾਂ ਦੇ ਪਿੱਛੇ ਲਾ ਆਇਆ ਵੇ ਹੋਟ ਪਾਈ ਦੇਖ ਕੇ ਤੁਰ ਉਹਦੀ ਆਪਣੀ ਜ਼ਿੰਦਗੀ ਵਾਂਗ ਓਖੜੇ ਪੈਰ ਪਤਾ ਨਹੀਂ ਕਿੱਧਰ ਹਲੂਣਾ ਦੇਗੇ ਸਨ ਉਹ ਅੱਡੇ 'ਚ ਵੜਦੇ ਆ ਕਿਸੇ ਬੁੱਢੇ 'ਚ ਵੱਜਦਾ ਹੋਇਆ ਮਸਾਂ ਬਚਿਆ ਅੱਡੇ 'ਤੇ ਆ ਕੇ ਉਹਨੂੰ ਪਿਸ਼ਾਬ ਦਾ ਹੱਜਤੀ ਜੀ ਹੋਈ ਉਹ ਮਰਦਾਨਾ ਟਾਇਲਟ 'ਚ ਜਾ ਵੜਿਆ ਜਦੋਂ ਪਿਸ਼ਾਬ ਕਰਕੇ ਬਾਹਰ ਟੂਟੀ ਤੇ ਹੱਥ ਧੋਣ ਲੱਗਿਆ ਤਾਂ ਉਹਦੀ ਨਜ਼ਰ ਸਾਹਮਣੇ ਲੱਗੇ ਸ਼ੀਸ਼ੇ 'ਚ ਪੈ ਗਈ ਸਾਰੀ ਦਾੜੀ ਬਗਲੇ ਵਾਂਗ ਚਿੱਟੀ ਹੋ ਗਈ ਸੀ ਚਿਹਰੇ ਤੇ ਬੁਢਾਪੇ ਦੀਆਂ ਝੁਰੜੀਆਂ ਡੂੰਘੀਆਂ ਹੋ ਕੇ ਪੱਕ ਗਈਆਂ ਗੱਲਾਂ ਹਵਾ ਨਿਕਲੇ ਟਾਇਰਾਂ ਵਾਂਗ ਪਿੱਟਕ ਗਈਆਂ ਸੀ ਅੱਖਾਂ ਦੀਆਂ ਪੁਤਲੀਆਂ ਦਾ ਮਾਸ ਢਲ ਕੇ ਪਲਫਣਾ ਤੱਕ ਆ ਗਿਆ ਸੀ ਹੁਣ ਤਾਂ ਉਹਦੀ ਸ਼ਕਲ ਸੋਕੇ ਦੇ ਮਾਰੇ ਦਰਖਤ ਵਰਗੀ ਹੋ ਗਈ ਜੀ ਤੋ ਸਾਰੀ ਹਰਿਆਵਲ ਝੜ ਗਈ ਹੋਵੇ ਉਹਨੂੰ ਯਾਦ ਆ ਜਦੋਂ ਜੇਲ੍ਹ ਗਿਆ ਸੀ ਪੂਰੇ 50 ਸਾਲਾਂ ਦਾ ਸੀ 50 ਦਾ ਹੋਣ ਤੇ ਵੀ ਉਹਦਾ ਸਰੀਰ 20-25 ਸਾਲਾਂ ਦੇ ਨੌਜਵਾਨ ਵਾਂਗ ਗਠਿਆ ਹੋਇਆ ਸੀ ਪਰ ਹੁਣ ਹੁਣ ਤਾਂ ਉਹਦੀਆਂ ਦੋਵੇਂ ਕੁੜੀਆਂ ਵੀ ਬੁਢੇਪੇ ਵੱਲ ਸਰਕ ਗਈਆਂ ਹੋਣਗੀਆਂ ਇੱਕ ਤਾਂ ਉਹਦੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਵਿਆਹ ਦਿੱਤੀ ਸੀ ਦੂਜੀ ਹਜੇ ਮੰਗੀ ਹੋਈ ਸੀ ਹੁਣ ਤਾਂ ਉਹ ਵੀ ਉਹ ਸੁਨਾਮ ਵਾਲੀ ਬਸ ਪੁੱਟ ਕੇ ਸ਼ੀਸ਼ੇ ਕੋਲ ਆ ਕੇ ਬਹਿ ਗਿਆ ਸਿਰ ਤੇ ਮੈਲਾ ਜਿਹਾ ਪਰਨਾ ਲਾ ਕੇ ਮੂੰਹ ਪੂੰਝਿਆ ਤੇ ਮੁੜ ਕੇ ਨਾਲ ਭੀਜੇ ਪਿੰਡੇ ਨੂੰ ਚੱਲ ਮਾਰੀ ਫਿਰ ਸਿਰ ਤੇ ਬੀਨਾ ਤਰਤੀਬਾ ਜਿਹਾ ਹਲਵੇਟ ਲਿਆ ਉਹਦੀ ਪਿਛਲੀ ਹੋਈ ਬਿੱਤੀ ਨੇ ਫਿਰ ਉਹਦੇ ਦਿਮਾਗ ਦਾ ਦਰਵਾਜ਼ਾ ਖੜਕਾਇਆ ਜ਼ਿੰਦਗੀ ਨਾਲ ਜਦੋਂ ਜਹਿਦ ਜਦੋਂ ਉਹਦੇ ਵਿੱਚੋਂ ਜਵਾਨੀ ਦਾ ਜੋਸ਼ ਘਟਣ ਲੱਗਿਆ ਤਾਂ ਜੱਟਾਂ ਨੇ ਮੌਲੇ ਬਲਦਵਾਂਗ ਉਹਦੇ ਗਲੋਂ ਪੰਜਾਲੀ ਲਾ ਦਿੱਤੀ ਸੀ ਹੁਣ ਉਹ ਪਾਲੀ ਨੌਕਰ ਸਿਰੀ ਤੱਕ ਦਾ ਸਫ਼ਰ ਕਰਦਾ ਫਿਰ ਥੱਲੇ ਦਿਹਾੜੀ ਤੱਕ ਸਰਕਾਇਆ ਸੀ ਪਿੰਡ 'ਚ ਉਹਦੀ ਦਿਹਾੜੀ ਘਾਟੀ ਲੱਗਦੀ ਲੋਕ ਮੁੰਡਿਆਂ ਖੁੰਡਿਆਂ ਨੂੰ ਪਹਿਲ ਦੰਦੇ ਉਹਦੀ ਵਾਰੀ ਤਾਂ ਕੰਮ ਦੇ ਪੂਰੇ ਜ਼ੋਰ ਵਿੱਚ ਹੀ ਆਉਂਦੀ ਸੀ ਇਸ ਤਰ੍ਹਾਂ ਕਦੇ-ਕਦੇ ਦਿਹਾੜੀ ਲੱਗਣ ਕਰਕੇ ਘਰ ਦੇ ਜੀ ਕੁੱਤਿਆਂ ਨਾਲ ਲੱਕਦੇ ਫਿਰਦੇ ਰਹਿੰਦੇ ਖਾਣ ਪੀਣ ਨੂੰ ਪੂਰੀ ਰੋਟੀ ਨਾਲ ਜੁੜਦੀ ਫਿਰ ਪਿੰਡ ਦੇ ਹੀ ਕਿਸੇ ਬੰਦੇ ਨੇ ਰਹਿਮ ਖਾ ਕੇ ਉਹਨੂੰ ਸ਼ਹਿਰ ਵਿੱਚ 1500 ਰੁਪਏ ਮਹੀਨੇ ਦੀ ਚੌਂਕੀਦਾਰੀ ਤੇ ਲਗਵਾ ਦਿੱਤਾ ਸੀ ਉਹਨੇ ਕਬੀਲਦਾਰੀ ਫੇਰ ਕੜੀਸ ਲਈ ਉਹ ਸ਼ਾਮ ਨੂੰ 4 ਵਜੇ ਆਪਣੇ ਵਰਗੇ ਹੀ ਪੁਰਾਣੀ ਜੇ ਸਾਈਕਲ ਦੇ ਹੈਂਡਲ ਨਾਲ ਰੋਟੀਆਂ ਬਨ ਕੇ ਤੁਰ ਪੈਂਦਾ ਤੇ ਸਵੇਰੇ 5:00 ਵਜੇ ਬੀਹਾਂ ਵਿੱਚ ਟੁੱਟੇ ਸਾਈਕਲ ਨਾਲ ਖੜਖੜ ਕਰਦਾ ਘਰ ਆਵੜਦਾ ਹਾਂ ਬਈ ਟਿਕਟ ਉਹ ਕੰਡਕਟਰ ਦੀ ਆਵਾਜ਼ ਨਾਲ ਉੱਪਰ ਵਾਹਿਆ ਉਠਿਆ ਹੈ ਹਾਂ ਹਾਂ ਸੁਨਾਮ ਸੁਨਾਮ ਦੀ ਦੇ ਦੇ ਇੱਕ ਉਹਨੂੰ ਯਾਦਾਂ ਦੇ ਸਮੁੰਦਰ ਚੋਂ ਗੋਤੇ ਖਾਂਦੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੱਸ ਤੇ ਬੱਸ ਸਟੈਂਡ ਚੋਂ ਤੁਰੀ ਤੇ ਕਦੋਂ ਸ਼ਹਿਰ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਲਤਾੜਦੀ ਬਾਹਰਲੇ ਚੌਂਕ ਤੇ ਆ ਗਈ ਸੀ ਉਸ ਨੇ ਆਪਣੇ ਗਿੱਜੇ ਚੋਂ ਮੁੜਕੇ ਨਾਲ ਭੀਜੇ ਹੋਏ ਰੁਪਈਏ ਕੱਢੇ ਤੇ ਕੰਡੈਕਟਰ ਵੱਲ ਕਰ ਦਿੱਤੇ ਕੰਡੈਕਟਰ ਨੇ ਨੱਕ ਜਿਹਾ ਮਾਰ ਕੇ ਰੁਪਈਏ ਫੜ ਕੇ ਝੋਲੇ 'ਚ ਤੁੰ ਲਏ ਉਹਨੂੰ ਸੁਨਾਮ ਦੀ ਟਿਕਟ ਦੇ ਦਿੱਤੀ ਉਹ ਟਿਕਟ ਲੈਣ ਦੇ ਬਾਅਦ ਉਹ ਹੌਲਾ ਹੋ ਕੇ ਸ਼ੀਸ਼ੇ ਦੇ ਨੇੜੇ ਬੈਠ ਗਿਆ ਬਾਹਰੋਂ ਆਉਂਦੀ ਹੋਈ ਹਵਾ ਮੁੜਕੇ ਨਾਲ ਭੀਜੇ ਕੁੜਤੇ 'ਚੋਂ ਲੰਘਦੀ ਉਹਦੇ ਸਰੀਰ ਨੂੰ ਸਕੂਨ ਦੇ ਰਹੀ ਸੀ ਜੇਲ੍ਹ ਚੋਂ ਨਿਕਲ ਕੇ ਅੱਜ ਪਹਿਲੀ ਵਾਰ ਉਹਨੇ ਖੁੱਲੀ ਹਵਾ ਦਾ ਆਨੰਦ ਮਾਣਿਆ ਸੀ। ਉਹਨੇ ਸ਼ੀਸ਼ੇ ਚੋਂ ਬਾਹਰ ਤੱਕਿਆ। ਸਾਰੀ ਝੋਨੇ ਦੀ ਫਸਲ ਨੇ 부ੱਜਾ ਮਾਰ ਲਿਆ ਸੀ। ਸੁੰਨੇ ਅਸਮਾਨ ਵਿੱਚ ਕੋਈ ਟਾਵਾ ਟਾਵਾ ਪੰਛੀ ਉਡਿਆ ਫਿਰਦਾ ਸੀ। ਉਹਨੂੰ ਲੱਗਿਆ ਜਿਵੇਂ ਉਹ ਵੀ ਪੰਛੀਆਂ ਵਾਂਗ ਸੁੰਨੀ ਜਿਹੀ ਦੁਨੀਆ ਚ ਭਟਕਦਾ ਫਿਰਦਾ। ਬਰੋਲੇ ਚ ਫਸੇ ਲਫਾਫੇ ਵਾਂਗ ਸਮੇ ਦੀ ਹਵਾ ਪਤਾ ਨਹੀਂ ਉਹਨੂੰ ਕਿੱਧਰ-ਕਿੱਧਰ ਘੁਮੇਰੀਆਂ ਖਵਾਵੇਗੀ। ਉਹ ਸਿਰ ਝਟਕਦਾ ਕਿਤੇ ਕਿਤੇ ਕੋਈ ਕਿਸਾਨ ਰੇਸ ਉੱਟਦਾ ਕਿਤੇ ਕੋਈ ਕੱਖ ਕੱਢਦਾ ਫਿਰ ਰਿਹਾ ਸੀ ਉਦੋਂ ਵੀ ਸ਼ਾਇਦ ਇਹੀ ਰੁੱਤ ਸੀ ਉਹ ਸੋਚਦਾ ਫਿਰ ਆਪਣਾ ਅੰਦਾਜ਼ਾ ਆਪ ਹੀ ਬਦਲ ਲੈਂਦਾ ਉਹ ਤਾਂ ਸੱਚ ਇਹ ਕਦੋਂ ਉਦੋਂ ਤਾਂ ਸਿਆਲ ਸੀ ਚੜਦਾ ਸਿਆਲ ਮੇਰੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਉਹ ਫਿਰ ਆਪਣੀ ਉਸ ਦਿਨ ਦੀ ਝਾਕੀ ਵਿੱਚ ਗਵਾਚ ਜਾਂਦਾ ਹਨੇਰੀ ਦੀ ਚਾਦਰੋਲੇ ਉਸ ਦਿਨ ਉਹ ਸੈਲਰ ਚ ਰਾਤ ਦੀ ਚੌਕੀਦਾਰੀ ਕਰਕੇ ਸਵੇਰੇ 4 ਵਜੇ ਪਿੰਡ ਨੂੰ ਤੁਰ ਪਿਆ ਸੀ ਚਾਹੇ ਸਿਆਲ ਪੂਰੇ ਜੋਬਨ ਤੇ ਨਹੀਂ ਸੀ ਫਿਰ ਵੀ ਸਵੇਰ ਦਾ ਸਮਾਂ ਹੋਣ ਕਰਕੇ ਠੰਡ ਕੱਪੜਿਆਂ ਚੋਂ ਪਾਰ ਹੁੰਦੀ ਹੋਈ ਅੰਗ ਅੰਗ ਸੁੰਨ ਕਰ ਰਹੀ ਸੀ ਹਜੇ ਉਹ ਆਪਣੀ ਅਧੂਰਾਨੀ ਲੋਈ ਨੂੰ ਵਾਰ-ਵਾਰ ਠੀਕ ਕਰਦਾ ਹੋਇਆ ਸਟੇਸ਼ਨ ਲੰਘ ਕੇ ਸ਼ਹਿਰ ਦੇ ਵਿੱਚੋਂ ਵਿੱਚ ਉਹਦੇ ਪਿੰਡ ਨੂੰ ਜਾਂਦੀ ਸੜਕ ਪਿਆ ਹੀ ਸੀ ਕਿ ਉਹਦੇ ਸਾਈਕਲ ਦਾ ਟਾਇਰ ਕਾਲੇ ਬੈਗ ਨਾਲ ਟਕਰਾ ਗਿਆ ਚਾਰ ਵਾਲਾ ਡੱਬਾ ਅਜੇ ਹੁਣੇ ਲੰਘ ਕੇ ਹਟਿਆ ਸੀ ਉਹਨੇ ਸੋਚਿਆ ਕੋਈ ਗੱਡੀਆਂ ਉਤਰਿਆ ਬੈਗ ਰੱਖ ਕੇ ਪੇਸ਼ਾਬ ਕਰਨ ਲਈ ਇੱਧਰ ਉੱਧਰ ਗਿਆ ਹੋਊਗਾ ਉਹਨੇ ਹਨੇਰੇ 'ਚ ਇੱਧਰ ਉੱਧਰ ਪਰਤਾਲੀਆਂ ਨਜ਼ਰਾਂ ਫੇਰੀਆਂ ਪਰ ਕਿਤੇ ਕੋਈ ਨਜ਼ਰ ਨਾ ਆਇਆ ਜਦੋਂ ਨੇ ਚੁਗਲੀਆਂ ਸੁਣਨ ਵਾਂਗ ਆਪਣੇ ਕੰਨਾਂ ਦੀ ਸੇਸਤ ਬਨ ਲਈ ਤਾਂ ਅਚਾਨਕ ਕਈ ਬੰਦਿਆਂ ਦੇ ਬੋਲਣ ਤੇ ਇੱਕ ਆਰਤ ਦੇ ਰੋਣ ਦੀ ਮੱਧਮ ਜਿਹੀ ਆਵਾਜ਼ ਉਹਦੇ ਕੰਨਾਂ 'ਚ ਪਈ ਉਹਨੇ ਅੰਦਾਜ਼ਾ ਲਾਇਆ ਆਵਾਜ਼ ਪੁਰਾਣੇ ਡਾਕਖਾਨੇ ਵੱਲੋਂ ਆ ਰਹੀ ਸੀ ਪਹਿਲਾਂ ਤਾਂ ਉਹ ਇਹ ਆਵਾਜ਼ ਸੁਣ ਕੇ ਠਠੰਬਰ ਗਿਆ ਫਿਰ ਦਿਲ ਕਰੜਾ ਕਰਕੇ ਆਪਣੇ ਸਾਈਕਲ ਸਮੇਤ ਉਧਰ ਨੂੰ ਹੋ ਤੁਰਿਆ ਡਾਕਖਾਨੇ ਦੀ ਕੰਧ ਉੱਪਰੋਂ ਦੀ ਜਦੋਂ ਨੇ ਅੰਦਰ ਝਾਤੀ ਮਾਰੀ ਤਾਂ ਉਹ ਡਰ ਹੈਰਾਨੀ ਤੇ ਗੁੱਸੇ ਨਾਲ ਅੰਦਰ ਤੱਕ ਕੰਬ ਗਿਆ ਡਾਕਖਾਨੇ ਦੇ ਵਿਹੜੇ ਵਿੱਚ ਅਲਫਨੰਗੀ ਕੁੜੀ ਨੂੰ ਤਿੰਨ ਬਗਿਆੜਾਂ ਵਰਗੇ ਮੁੰਡੇ ਚਿਮੜ ਰਹੇ ਸੀ ਕੁੜੀ ਬਾਜ ਦੇ ਪੈਂਦਿਆਂ ਚ ਆਈ ਚਿੜੀ ਵਾਂਗ ਛਟਪਟਾ ਰਹੀ ਸੀ ਉਹਨੂੰ ਉਹ ਕੁੜੀ ਆਪਣੀ ਧੀ ਵਰਗੀ ਲੱਗੀ ਸੀ ਇਹ ਦ੍ਰਿਸ਼ ਵੇਖ ਕੇ ਉਹਦੀਆਂ ਅੱਖਾਂ 'ਚੋਂ ਸੇਕ ਮਾਰਨ ਲੱਗ ਪਿਆ ਕ੍ਰੋਧ ਦੀ ਲਾਟ ਸਾਰੇ ਸਰੀਰ ਨੂੰ ਕਰੰਟ ਵਾਂਗ ਛਾੜਦੀ ਨਿਕਲ ਗਈ ਉਹ ਜਲਦੀ ਨਾਲ ਸਾਈਕਲ ਸੁੱਟ ਕੇ ਡਾਕਖਾਨੇ ਦੀ ਕੰਧ ਟੱਪ ਗਿਆ ਸ਼ਰਾਬ ਨਾਲ ਤੁੱਟ ਹੋਏ ਤਿੰਨ ਮੁੰਡਿਆਂ ਨੂੰ ਚਿੱਚੜਾ ਵਾਂਗ ਤੋੜ ਕੇ ਪਰਾਂ ਸੁੱਟਦਾ ਹੋਇਆ ਉਹ ਜੋਰ-ਜੋਰ ਦੀ ਰੌਲਾ ਪਾਉਣ ਲੱਗ ਪਿਆ ਤਾਂ ਕਿ ਕੋਈ ਆਵਾਜ਼ ਸੁਣ ਕੇ ਉਹਦੀ ਮਦਦ ਲਈ ਆ ਸਕੇ ਤਿੰਨੇ ਮੁੰਡੇ ਡਰਦੇ ਭੱਜ ਗਏ ਹਜੇ ਉਹ ਕੁਝ ਕਦਮ ਭੱਜੇ ਹੀ ਸੀ ਅਚਾਨਕ ਤਿੰਨੇ ਰੁਕ ਗਏ ਉਹਨਾਂ 'ਚੋਂ ਇੱਕ ਕਾਲੇ-ਕਾਲੇ ਕਹਿ ਰਿਹਾ ਸੀ ਸਾਲੀ ਆਪਣੇ ਵਿਰੋਧ ਗਵਾਹੀ ਦੇ ਕੇ ਤਿੰਨਾਂ ਨੂੰ ਫਸਾਊਗੀ ਪਰਾਂ ਫਸਤਾ ਵੱਡ ਏਸੇ ਦੇ ਗਲ ਪਾ ਦੇਵਾਂਗੇ ਵੱਡੇ ਹਮਦਰਦੀ ਦੇ ਫਿਰ ਉਹ ਤਿੰਨੇ ਉਹਨਾਂ ਵੱਲ ਪੁੱਠੇ ਭੱਜੇ ਆ ਅੱਗੇ ਆ ਰਹੇ ਮੁੰਡੇ ਦੇ ਹੱਥ ਵਿੱਚ ਕਿਰਚ ਲਿਸ਼ਕ ਰਹੀ ਸੀ ਆਪਣੇ ਵੱਲ ਮੁੰਡਿਆਂ ਨੂੰ ਇਸ ਤਰ੍ਹਾਂ ਭੱਜੇ ਆਉਂਦਿਆਂ ਵੇਖ ਕੇ ਉਹਦੇ ਅੰਦਰ ਡਰ ਦਾ ਪਚਾਲ ਜਿ ਆ ਗਿਆ ਹਜੇ ਉਹ ਇਸ ਸਥਿਤੀ ਦਾ ਟਾਕਰਾ ਕਰਨ ਲਈ ਕੁਝ ਸੋਚ ਹੀ ਰਿਹਾ ਸੀ ਕਿ ਮੂਰੇ ਆਉਂਦਾ ਮੁੰਡਾ ਅੰਨੇ ਵਾਹ ਕੁੜੀ ਤੇ ਵਾਰ ਕਰਨ ਲੱਗ ਪਿਆ ਗੁੱਸੇ ਦਾ ਘੁਬਾਰ ਜੇਠੂ ਦੇ ਸਿਰ ਨੂੰ ਚੜ ਗਿਆ ਪਤਾ ਨਹੀਂ ਉਹਦੇ ਵਿੱਚ ਐਨੀ ਤਾਕਤ ਕਿੱਥੋਂ ਆ ਗਈ ਸੀ ਜੇਠੂ ਨੇ ਉਹਨੂੰ ਧੌਣੋਂ ਫੜ ਕੇ ਬੋਰੀਵੰਗ ਪਰਾਂ ਪਟਕਾ ਮਾਰਿਆ ਤੇ ਉਹਦੇ ਹੱਥੋਂ ਕਿਰਚ ਖੋਗੇ ਦੂਜੇ ਮੁੰਡਿਆਂ ਦੇ ਛਡਾਉਂਦੇ ਛਡਾਉਂਦੇ ਹੀ ਉਹਦੇ ਵਾਰ ਉਹਦੇ ਚਿਹਰੇ ਤੇ ਗਰਦਨ ਤੇ ਕਰ ਦਿੱਤੇ ਫਿਰ ਉਹ ਗੁੱਸੇ ਨਾਲ ਲਾਲ ਹੋਇਆ ਉਹਨਾਂ ਮੁੰਡਿਆਂ ਵੱਲ ਉਲਰਿਆ ਉਹ ਡਰ ਨਾਲ ਪੈਪਿਤ ਹੋ ਕੇ ਦੌੜ ਗਏ ਜ਼ਖਮੀ ਮੁੰਡਾ ਕੁੱਕੜ ਦੀ ਗਰਦਨ ਮਰੋੜਨ ਵਾਂਗ ਪੈਰ ਜਿਹਾ ਮਾਰਦਾ ਪਲਾਂ ਚ ਠੰਡਾ ਹੋ ਗਿਆ ਜੇਠੂ ਦੀ ਸੂਰਤ ਨੇ ਹਲੂਣਾ ਜਿਹਾ ਖਾਦਾ ਉਹ ਕੁੜੀ ਨੂੰ ਚੁੱਕ ਕੇ ਨੇੜਲੇ ਪ੍ਰਾਈਵੇਟ ਹਸਪਤਾਲ ਵੱਲ ਦੌੜਿਆ ਹਸਪਤਾਲ ਵਾਲਿਆਂ ਨੇ ਕੁੜੀ ਦੀ ਹਾਲਤ ਅਤੇ ਉਹਨੂੰ ਸ਼ੱਕੀ ਨਜ਼ਰਾਂ ਨਾਲ ਗੰਝੇ ਮਾਸਟਰ ਵਾਂਗ ਅਜੀਬ ਜਿਹਾ ਦੇਖਦਿਆਂ ਜਵਾਬ ਦੇ ਦਿੱਤਾ ਲੋਈ ਪਟਣ ਲੱਗ ਪਈ ਸੀ ਵੱਡੇ ਸ਼ਹਿਰਾਂ 'ਚ ਕੰਮ ਕਰਨ ਦੇ ਜਾਣ ਵਾਲੇ ਸੈਰ ਕਰਨ ਲਈ ਨਿੱਕੇ ਇਕਾਦੁੱਕਾ ਬੰਦੇ ਤੀਵੀਆਂ ਉਹਨੂੰ ਟੱਕਰਨ ਲੱਗ ਪਏ ਹੁਣ ਉਹਨੇ ਆਪਣੀ ਭੱਜਣ ਅਠ ਵੀ ਛੱਡ ਦਿੱਤੀ ਸੀ ਕਿਉਂਕਿ ਕੁੜੀ ਹਰਕਤ ਕਰਨੋਂ ਹਟ ਗਈ ਸੀ ਉਹ ਉਹਦੇ ਹੱਥਾਂ ਵਿੱਚ ਮਿੱਟੀ ਬਣ ਕੇ ਠਰ ਗਈ। ਹੁਣ ਉਹ ਸ਼ਸ਼ੋਪੰਜ ਚ ਪੈ ਗਿਆ। ਕਿਉਂ ਹੁਣ ਕੁੜੀ ਦਾ ਕੀ ਕਰੇ? ਕਿਸੇ ਨੂੰ ਕੀ ਦੱਸੇ? ਫਿਰ ਉਹ ਮਰੂਜੇਹ ਕਦਮ ਪੁੱਟਦਾ। ਉਧਰ ਨੂੰ ਹੀ ਹੋ ਤੁਰਿਆ ਜਿੱਥੇ ਕੁੜੀ ਦਾ ਬੈਗ ਪਿਆ ਸੀ ਤੇ ਆਪਣਾ ਉਹ ਸਾਈਕਲ ਛੱਡ ਕੇ ਆਇਆ ਸੀ। ਜਿਉ ਜਿ ਦਿਨ ਦਾ ਚਾਨਣ ਹੋ ਰਿਹਾ ਸੀ, ਐਮਐਲਏ ਦੇ ਭਤੀਜੇ ਦੇ ਕਤਲ ਦੀ ਗੱਲ ਵੀ ਗਿੱਲੇ ਗੋਹਿਆਂ ਵਾਂਗ ਤੁਖ ਦੀ ਸਾਰੇ ਸ਼ਹਿਰ ਵਿੱਚ ਫੈਲਦੀ ਜਾ ਰਹੀ ਸੀ। ਜਦੋਂ ਡਾਕ ਖੰਨੇਵਾਲ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਸਾਹਮਣੇ ਡਾਕ ਖੰਨੇ ਕੋਲ ਸੜਕ ਤੇ ਲੋਕਾਂ ਦਾ ਹਜੂਮ ਉਂਗਲਾਂ ਦੇ ਇਸ਼ਾਰੇ ਕਰ ਕਰ ਉਹਦੇ ਵੱਲ ਵੇਖਣ ਲੱਗ ਪਿਆ ਲੋਕਾਂ ਨੂੰ ਆਪਣੇ ਵੱਲ ਇਸ ਤਰ੍ਹਾਂ ਵੇਖਦਿਆਂ ਪਹਿਲਾਂ ਤਾਂ ਉਹਦਾ ਦਿਲ ਕੀਤਾ ਕਿ ਉਹ ਕੁੜੀ ਨੂੰ ਉੱਥੇ ਹੀ ਸੁੱਟ ਕੇ ਦੌੜ ਜਾਵੇ ਪਰ ਉਹ ਆਪਣੇ ਅੰਦਰਲੇ ਵਿਸ਼ਵਾਸ ਦਾ ਬੱਜਿਆ ਹੋਇਆ ਉਧਰ ਹੀ ਤੁਰ ਪਿਆ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਭੱਜ ਕੇ ਉਹਦੇ ਦੁਆਲੇ ਬਦੁੱਖਾਂ ਤਾਣ ਲੀਆਂ ਜਿਵੇਂ ਕੋਈ ਖਤਰਨਾਕ ਦੈਸ਼ਤਗਰਦ ਘੇਰੇ ਵਿੱਚ ਲਿਆ ਹੋਵੇ ਜੇਠੂ ਨੂੰ ਬਾਵਾ ਉੱਪਰ ਕਰਨ ਦਾ ਹੁਕਮ ਹੋਇਆ ਉਹਨੇ ਹੈਰਾਨੀ ਜੀ ਨਾਲ ਸਾਰੇ ਇਕੱਠਵਲ ਵੇਖਿਆ ਤੇ ਕੁੜੀ ਨੂੰ ਹੇਠਾਂ ਰੱਖ ਕੇ ਬਾਵਾ ਉੱਪਰ ਕਰ ਲਿਆ ਕੁੜੀ ਦਾ ਪਿਤਾ ਤੇ ਭਰਾ ਪੁਲਿਸ ਵਾਲਿਆਂ ਦੇ ਰੋਕ ਦੇ ਰੋਕ ਦੇ ਤਾਂ ਹਮਾਰ ਦੇ ਕੁੜੀ ਉੱਪਰ ਜਾਣਗੇ ਕੁੜੀਕ ਪ੍ਰੀਤ ਦੇ ਮਾਤਾ ਪਿਤਾ ਉਹਦੀ 5 ਵਜੇ ਦੀ ਉਡੀਕ ਕਰਦੇ ਸੀ ਪ੍ਰੀਤ ਪਟਿਆਲੇ ਯੂਨੀਵਰਸਿਟੀ ਚ ਪੜ੍ਹਦੀ ਸੀ ਤੇ ਕੱਲ ਯੂਨੀਵਰਸਿਟੀ ਵੱਲੋਂ ਜਲੰਧਰ ਕਿਸੇ ਫੰਕਸ਼ਨ ਤੇ ਗਈ ਹੋਈ ਸੀ ਘਰ ਉਹਨੇ ਦੱਸ ਦਿੱਤਾ ਸੀ ਕਿ ਉਹ 4 ਵਾਲੀ ਟ੍ਰੇਨ ਤੇ ਆ ਜਾਵੇਗੀ ਹੁਣ ਜਦੋਂ 5 ਵਜੇ ਤੱਕ ਉਡੀਕ ਕਰਦੇ ਰਹੇ ਤੇ ਉਹਦਾ ਮੋਬਾਈਲ ਵੀ ਕਿਸੇ ਨੇ ਨਾ ਚੁੱਕਿਆ ਤਾਂ ਸਾਰੇ ਟੱਬਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਦਾ ਭਰਾ ਤੇ ਪਿਤਾ ਉਹਨੂੰ ਸਟੇਸ਼ਨ ਵੱਲ ਵੇਖਣ ਵੀ ਗਏ ਸੀ ਚਲੋ ਬਾਈ ਭਵਾਨੀਗੜ ਕੰਡਕਟਰ ਨੇ ਸਵਾਰੀਆਂ ਨੂੰ ਚਕੰਨਾ ਕੀਤਾ ਵਾਸ ਕੁਝ ਦੇਰ ਲਈ ਅੱਡੇ 'ਚ ਰੁਕੀ ਤੇ ਸਵਾਰੀਆਂ ਉਤਰੀਆਂ ਚੜੀਆਂ ਕੰਡਕਟਰ ਦੀ ਵਿਸਲ ਨਾਲ ਫਿਰ ਤੁਰ ਪਈ ਨਾਲ ਹੀ ਉਹਦੇ ਨਾਲ ਹੋਈ ਬੀਤੀ ਦੀ ਕਹਾਣੀ ਵੀ ਅੱਗੇ ਤੁਰ ਪਈ ਹਨੇਰੇ 'ਚ ਗੁਆਚਦਾ ਸੱਚ ਉਹਨੂੰ ਹਜੇ ਵੀ ਪੱਕਾ ਯਾਦ ਆ ਜਦੋਂ ਪੁਲਿਸ ਉਹਨੂੰ ਫੜ ਕੇ ਥਾਣੇ ਲੈ ਗਈ ਸੀ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਸੀ ਜੇਠੂ ਨੇ ਅਦਾਲਤ ਵਿੱਚ ਸਚਾਈ ਦੱਸਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਪੈਸੇ ਤੇ ਤਾਕਤ ਨੇ ਤਾਂ ਉਹਦੀ ਸਚਾਈ ਨੂੰ ਉਠ ਵਿੱਚ ਬਦਲ ਦਿੱਤਾ ਸੀ ਅਸਲ ਸੱਚ ਤਾਂ ਉਹਦੀ ਵਿਰੋਧੀ ਵਕੀਲ ਨੇ ਬੋਲਿਆ ਸੀ ਆਖੇ ਮੁਜਰਮ ਰਾਤ ਦੀ ਡਿਊਟੀ ਕਰਕੇ ਸਾਈਕਲ ਤੇ ਪਿੰਡ ਜਾ ਰਿਹਾ ਸੀ ਜਦੋਂ ਮੁਜਰਮ ਨੇ ਇਕੱਲੀ ਕੁੜੀ ਵੇਖੀ ਤਾਂ ਉਹਦੀ ਨੀਅਤ ਮੈਲੀ ਹੋਗੀ ਮੌਕੇ ਦਾ ਫਾਇਦਾ ਉਠਾ ਕੇ ਉਹਨੂੰ ਧੂਕੇ ਡਾਕਖਾਨੇ ਦੇ ਅੰਦਰ ਲੈ ਗਿਆ ਫਿਰ ਕੁੜੀ ਨਾਲ ਮੂੰਹ ਕਾਲਾ ਕੀਤਾ ਜਦ ਇਹ ਕੁੜੀ ਨਾਲ ਬਲਾਤਕਾਰ ਕਰ ਰਿਹਾ ਸੀ ਤਾ ਸੈਰ ਕਰਨ ਆਏ ਗੁਰਨਾਮ ਸਿੰਘ ਐਮ ਐਲ ਏ ਸਾਹਿਬ ਦੇ ਮ੍ਰਿਤਕ ਪਤੀਜੇ ਚਮਕੌਰ ਸਿੰਘ ਤੇ ਉਹਦੇ ਸਾਥੀਆਂ ਨੇ ਕੁੜੀ ਦੀਆਂ ਸਿਸਕੀਆਂ ਸੁਣੀਆਂ ਜਦ ਮ੍ਰਿਤਕ ਚਮਕੌਰ ਸਿੰਘ ਤੇ ਉਹਦੇ ਸਾਥੀਆਂ ਨੇ ਡਾਕਖਾਨੇ ਦੀ ਕੰਧ ਉੱਪਰੋਂ ਵੇਖਿਆ ਤਾਂ ਮੁਜਰਮ ਬਲਾਤਕਾਰ ਕਰ ਰਿਹਾ ਸੀ ਤੇ ਕੁੜੀ ਬੇਹੋਸ਼ ਪਈ ਸੀ ਚਮਕੌਰ ਸਿੰਘ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਜਰਮ ਨੇ ਅੰਨੇ ਬਾ ਚਮਕੌਰ ਸਿੰਘ ਦੇ ਗਰਦਨ ਉੱਪਰ ਵਾਰ ਕਰ ਦਿੱਤੇ ਜਿਸ ਨਾਲ ਚਮਕੌਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਇਹਦੇ ਸਾਥੀ ਡਰਦੇ ਭੱਜ ਗਏ ਬਾਅਦ ਵਿੱਚ ਇਹਨੇ ਉਸੇ ਕਿਰਚ ਨਾਲ ਕੁੜੀ ਦਾ ਵੀ ਕਤਲ ਕਰ ਦਿੱਤਾ ਵਾਰਦਾਤ ਵਾਲੀ ਥਾਂ ਤੋਂ ਮੁਜਰਮ ਦਾ ਸਾਈਕਲ ਅਤੇ ਉਹਦੀਆਂ ਉਂਗਲਾਂ ਦੇ ਨਿਸ਼ਾਨ ਵਾਲੇ ਕਿਰਚ ਵੀ ਪ੍ਰਾਪਤ ਹੋਈਆ ਜੇਠੂ ਨੇ ਨਹੀਂ ਨਹੀਂ ਮੈਂ ਨਹੀਂ ਮਾਰਿਆ ਉਹਨੂੰ ਇਹਨੇ ਮਾਰਿਆ ਸੀ ਕੁੜੀ ਨੂੰ ਤਾਂ ਉਹ ਤਾਂ ਮੇਰੀ ਧੀਾਂ ਵਰਗੀ ਸੀ ਵਰਗੇ ਸੱਚੇ ਬੋਲਤਾ ਕਿਸੇ ਦੇ ਕੰਨਾਂ ਵਿੱਚ ਵੀ ਨਹੀਂ ਸੀ ਪਏ ਹਨੇਰੇ ਦੇ ਸੱਚ ਨੂੰ ਕਿਹਨੇ ਵੇਖਿਆ ਸੀ ਅਸਲ ਸੱਚ ਦਾ ਪੈਸੇ ਤੇ ਤਾਕਤ ਅੱਗੇ ਬੋਣਾ ਹੋ ਗਿਆ ਸੀ ਅਖੀਰ ਅਣਹੋਣੀ ਨੇ ਉਹਨੂੰ 20 ਸਾਲਾਂ ਦੀ ਜੇਲ੍ਹ ਵਿੱਚ ਡੱਕ ਦਿੱਤਾ ਸੀ ਕੁੱਤੇ ਖਾਣੀ ਕਿਵੇਂ ਉਹਨੇ 20 ਸਾਲ ਜੇਲ੍ਹ ਚ ਕੱਟੇ ਹਰ ਪਲ ਉਹਦੀਆਂ ਅੱਖਾਂ ਅੱਗੇ ਘੁੰਮਦਾ ਰਿਹਾ ਉਹਨੂੰ ਜੇਲ੍ਹ ਵਿੱਚ ਆਪਣੇ ਘਰ ਵਾਲੀ ਦੇ ਮਿਲਣ ਲਈ ਆਈ ਦਾ ਪਤਾ ਲੱਗਿਆ ਸੀ ਉਹਦੀ ਮੰਗੀ ਹੋਈ ਧੀ ਦੇ ਸੌਰੇ ਰਿਸ਼ਤਾ ਛੱਡਣ ਨੂੰ ਫਿਰਦੇ ਸੀ ਫਿਰ ਕਿਵੇਂ ਉਹਦੇ ਘਰ ਵਾਲੀ ਨੇ ਰਿਸ਼ਤੇਦਾਰ ਇਕੱਠੇ ਕਰਕੇ ਤਰਲੇ ਮਿੰਤਾ ਕਰਕੇ ਪੈਰੀ ਚੁੰਨੀ ਧਰ ਕੇ ਕੁੜੀ ਵਿਆਹ ਕੇ ਤੋਰੀ ਸੀ ਕੁੜੀ ਦੇ ਵਿਆਹ ਵੇਲੇ ਉਹਨੂੰ ਛੁੱਟੀ ਮਿਲ ਸਕਦੀ ਸੀ ਪਰ ਉਹਨੇ ਲਈ ਨਹੀਂ ਉਹਦਾ ਛੁੱਟੀ ਲੈਣ ਨੂੰ ਅੰਦਰੋਂ ਦਿਲ ਵੀ ਬੜਾ ਕਰਦਾ ਸੀ ਕਿ ਉਹ ਪਿੰਡ ਜਾਵੇ ਆਪਣੀ ਧੀ ਨੂੰ ਮਿਲੇ ਉਮਰ ਦੇ ਆਖਰੀ ਪੜਾ ਤੇ ਖੜੀ ਆਪਣੀ ਪਤਨੀ ਨੂੰ ਮਿਲੇ ਫੇਰ ਉਹਨੂੰ ਮਹਿਸੂਸ ਹੁੰਦਾ ਜਿਵੇਂ ਉਹ ਪਿੰਡ ਚਲਿਆ ਗਿਆ ਹੋਵੇ ਲੋਕ ਉਹਨੂੰ ਘੇਰ ਘੇਰ ਕੇ ਕਹਿ ਰਹੇ ਹੋਣ ਬਲਾਤਕਾਰੀ ਕਾਤਲ ਮਨ ਚਲੇ ਉਹਨੂੰ ਸੁਣਾ ਸੁਣਾ ਗੱਲਾਂ ਕਰ ਰਹੇ ਹੋਣ ਭੈਣ ਮਰਾਉਣ 20 ਸਾਲ ਕੇਰਾ ਤਾਂ ਸੁਰਗਾਂ ਦਾ ਝੂਟਾ ਲੈ ਲਿਆ ਜਾਤ ਨੇ ਉਹਨੂੰ ਲੱਗਦਾ ਜਿਵੇਂ ਉਹ ਕਿੰਨੀਆਂ ਹੀ ਘਿਰਣਾ ਮਈ 16 ਵਰਗੀਆਂ ਨਜ਼ਰਾਂ ਵਿਚਕਾਰ ਪਿੰਡ ਤੇ ਚਰਾਹੇ ਤੇ ਮੇਲੇ ਚ ਗਵਾਚੀ ਗਾਵਾਂ ਪੋਰ ਪੋਰ ਹੋਇਆ ਖੜਿਆ ਕਦੇ ਉਹਨੂੰ ਦਿਸਦਾ ਜਿਵੇਂ ਲੋਕ ਉਹ ਤੋਂ ਦੂਰ ਦੂਰ ਦੌੜ ਰਹੇ ਹੋਣ ਜਿਵੇਂ ਉਹਨੂੰ ਪਲੇਗ ਪੈ ਗਈ ਹੋਵੇ ਜਾਂ ਉਸ ਤੋਂ ਬਲਾਤਕਾਰ ਦੇ ਮੁਸ਼ਕ ਮਾਰਦੀ ਹੋਵੇ ਉਹਨੂੰ ਛੁੱਟੀ ਤੋਂ ਡਰਜੇ ਲੱਗਣ ਲੱਗਦਾ ਫਿਰ ਉਹਨੂੰ ਇਹ ਸਾਰੇ ਹੀ ਇੱਕ ਚਿਹਰੇ ਵਿੱਚ ਵੱਟਦੇ ਨਜ਼ਰੀ ਪੈਂਦੇ ਉਹ ਸਾਰਿਆਂ ਨੂੰ ਵਾਰੀ-ਵਾਰੀ ਉੱਚੇ-ਉੱਚੇ ਗਾਲਾਂ ਕੱਢਣ ਲੱਗਦਾ ਦੰਦੀਆਂ ਪੀਂਦਾ ਮੂਕੀਆਂ ਵੱਟਦਾ ਉਹਨਾਂ ਦੀ ਧੀ ਪੈਣ ਇੱਕ ਕਰ ਦਿੰਦਾ ਜਦੋਂ ਉਹਦੀ ਪਤਨੀ ਮਰੀ ਸੀ ਉਦੋਂ ਵੀ ਛੁੱਟੀ ਨਹੀਂ ਸੀ ਲੈ ਸਕਿਆ ਜਾਂ ਕਹਿ ਲੋ ਉਹਦੇ 'ਚ ਹਿੰਮਤ ਨਹੀਂ ਸੀ ਪਈ। ਉਹ ਫਿਰ ਅੰਤਿਕਾ ਮੁੜ ਹਨੇਰਾ। ਚਲੋ ਬਈ ਸੁਨਾਮ ਵਾਲੇ। ਕੰਡਕਟਰ ਨੇ ਆਵਾਜ਼ ਮਾਰੀ ਤਾਂ ਉਹਦੀਆਂ ਯਾਦਾਂ ਦੀ ਤਾਰ ਵੀ ਟੁੱਟ ਗਈ। ਉਹ ਸੁਨਾਮ ਅੱਡੇ ਵਿੱਚ ਉਤਰਿਆ ਤੇ ਕਿੰਨਾ ਕੁਝ ਬਦਲ ਗਿਆ ਸੀ। ਉਹਦੇ ਗਏ ਤੋਂ ਬਾਅਦ ਹੁਣ ਤਾਂ ਸ਼ਾਇਦ ਲੋਕ ਵੀ ਉਹਨੂੰ ਨਾਂ ਪਹਿਚਾਨ ਸਕਣ। ਉਹਨੇ ਅੱਡਾ ਇੰਚਾਰਜ ਤੋਂ ਪਤਾ ਕੀਤਾ ਉਹਦੇ ਪਿੰਡ ਨੂੰ ਜਾਣ ਵਾਲੀ ਆਖਰੀ ਬੱਸ 10 ਮਿੰਟ ਪਹਿਲਾਂ ਲੰਗੀ ਸੀ। ਸੂਰਜ ਕਦੋਂ ਦਾ ਸ਼ਹਿਰ ਤੋਂ ਹੇਠਾਂ ਲਹਿ ਗਿਆ ਸੀ ਸ਼ਾਮ ਦਾ ਹਨੇਰਾ ਬਿੱਲੀ ਤੇ ਕਬੂਤਰ ਫੜਨ ਵਾਂਗ ਸਹਿ ਕੇ ਅੱਗੇ ਵਧ ਰਿਹਾ ਸੀ ਉਹ ਕੋਈ ਹੋਰ ਸਾਧਨ ਉਡਿੱਕਣ ਦੀ ਬਜਾਏ ਪੈਦਲ ਹੀ ਪਿੰਡ ਨੂੰ ਚੱਲ ਪਿਆ ਅੱਜ ਕਿੰਨੇ ਸਾਲਾਂ ਬਾਅਦ ਉਹ ਇਸ ਸੜਕ ਤੋਂ ਲੰਘ ਰਿਹਾ ਸੀ ਜਿੱਥੋਂ ਉਹਨੂੰ 20 ਸਾਲਾਂ ਲਈ ਜੇਲ੍ਹ ਵਿੱਚ ਟੱਕ ਦਿੱਤਾ ਸੀ ਜਦੋਂ ਸ਼ਹਿਰ ਦੀ ਬਾਹਰਲੀ ਫਿਰਨੀ ਤੇ ਆਇਆ ਤਾਂ ਉਹਨੇ ਵੇਖਿਆ ਪਾਣੀ ਵਾਲਾ ਟੋਬਾ ਭਰ ਕੇ ਉਹਦੀ ਥਾਂ ਤੇ ਰੋਜ਼ ਗਾਰਡਨ ਬਣਾਇਆ ਪਿਆ ਗਾਰਡਨ ਦੇ ਗੇਟ ਤੇ ਇੱਕ ਪਾਸੇ ਕਿਸੇ ਦਾ ਬੁੱਤ ਲੱਗਿਆ ਹੋਇਆ ਸੀ। ਉਹਨੇ ਆਲੀਆਂ ਵਰਗੀਆਂ ਅੱਖਾਂ ਉੱਪਰ ਕੰਬਦੇ ਹੱਥਾਂ ਦਾ ਛੱਪਰ ਜਿਹਾ ਬਣਾ ਕੇ ਵੇਖਿਆ। ਬੁੱਤ ਵੱਲ ਧਿਆਨ ਨਾਲ ਵੇਖਦਿਆਂ ਬੰਦੇ ਦਾ ਪਰਛਾਵਾਂ ਤਾਂ ਦਿਸ ਗਿਆ ਪਰ ਉਹਦੇ ਨੈਣ ਨਕਸ਼ਿਤਾਂ ਉਹਦੀ ਆਪਣੀ ਨਜ਼ਰ ਵਾਂਗ ਕਿਧਰੇ ਗਵਾਚ ਜੇ ਗਏ। ਬੁੱਤ ਹੇਠ ਲਿਖੇ ਕਾਲੇ ਅੱਖਰ ਪੜਨ ਦੀ ਵੀ ਉਹਨੇ ਅਸਫਲ ਕੋਸ਼ਿਸ਼ ਕੀਤੀ। ਉਹਨੂੰ ਇਹ ਸਾਰੇ ਹੀ ਕਾਲੇ ਅੱਖਰ ਗੰਗੇ ਮਾਸਟਰ ਦੇ ਸਿਰ ਤੇ ਅਚਨ ਚੇਤੀ ਉੱਗੇ ਵਾਲਾਂ ਵਰਗੇ ਲੱਗੇ ਫਿਰ ਅੱਖਰ ਪੜਨ ਦਾ ਖਿਆਲ ਛੱਡ ਕੇ ਉਹ ਟੂਟੀਆਂ ਤੋਂ ਪਾਣੀ ਪੀ ਕੇ ਦੋ ਘੜੀ ਦਮ ਮਰ ਲਈ ਟੂਟੀਆਂ ਕੋਲ ਬਣੀ ਥੜੀ ਤੇ ਬੈਠ ਗਿਆ ਕਾਕੇ ਉਰੇ ਆਈ ਮਾੜਾ ਜਾ ਉਹਨੇ ਗੇਟੋਂ ਗੁਜ਼ਰਦੇ ਮੁੰਡੇ ਨੂੰ ਆਵਾਜ਼ ਮਾਰ ਲਈ ਆ ਕਦੋਂ ਬਣਿਆ ਭਲਾ ਪਹਿਲਾਂ ਤਾਂ ਹੈ ਨਹੀਂ ਸੀ ਉਰੇ ਉਸ ਨੇ ਨੇੜੇ ਆਏ ਮੁੰਡੇ ਨੂੰ ਪਾਰਕ ਵਾਲ ਹੱਥ ਕਰਦਿਆਂ ਉਂਝ ਹੀ ਪੁੱਛ ਲਿਆ 4-5 ਸਾਲ ਹੀ ਹੋਏ ਨੇ ਜੀ ਕੰਪਲੀਟ ਹੋਏ ਨੂੰ ਅੱਛਾ ਅੱਛਾ ਜੇਠੂ ਨੇ ਸਮਝ ਵਿੱਚ ਉੱਪਰ ਹੇਠ ਸਿਰ ਹਿਲਾਇਆ ਫਿਰ ਅੱਗੇ ਪੁੱਛਿਆ ਆ ਬੁੱਤ ਪਲਾ ਕੀ ਦਾ ਲਾਇਆ ਮੇਰੇ ਤਾਂ ਕੁਛ ਸਮਝ ਚ ਨਹੀਂ ਆਇਆ ਇਹ ਤਾਂ ਜੀ ਸ਼ਹੀਦ ਚਮਕੌਰ ਸਿੰਘ ਦੇ ਹੈ ਜੀ ਕਿਸੇ ਗੁੰਡੇ ਤੋਂ ਕੁੜੀ ਦੀ ਜਾਨ ਬਚਾਉਂਦਾ ਬਚਾਉਂਦਾ ਸ਼ਹੀਦ ਹੋ ਗਿਆ ਸੀ ਮੁੰਡਾ ਦੱਸ ਰਿਹਾ ਸੀ ਪਰ ਜੇਠੂ ਦੇ ਤਾਂ ਸਿਰਫ ਚਮਕੌਰ ਤਾਂ ਕੀ ਬੋਲ ਸਮਝ ਲੱਗੇ ਸੀ ਫੇਰ ਤਾਂ ਉਹਦੇ ਕੰਨਾਂ 'ਚ ਸੈਂ ਸੈਂ ਹੋਣ ਲੱਗ ਪਈ ਆਲੇ-ਦੁਆਲੇ ਜਿਵੇਂ ਬੰਬ ਫੁੱਟਣ ਲੱਗ ਪਏ ਉਹ ਗੁੱਸੇ ਵਿੱਚ ਹੋਂਕਣ ਲੱਗ ਪਿਆ ਸਾਂ ਧੌਂਕਣੀ ਵਾਂਗ ਚੱਲਣ ਲੱਗ ਪਿਆ ਗੁੱਸਾ ਉਹਦੇ ਕੰਨਾਂ ਦੀਆਂ ਲੋਲਾਂ ਤੱਕ ਉਤਰ ਆਇਆ ਉਹਨੇ ਆਲੇ-ਦੁਆਲੇ ਨੂੰ ਕਰੋਦੀ ਨਜ਼ਰਾਂ ਨਾਲ ਵੇਖਦਿਆਂ ਉੱਚੀ-ਉੱਚੀ ਗਾਲਾਂ ਕੱਢਦਿਆਂ ਬੁੱਤ ਤੇ ਇੱਟ-ਵਟਿਆਂ ਦਾ ਮੀਂਹ ਵਰਾ ਦਿੱਤਾ ਓਏ ਤੇਰੀ ਮਾਂ ਦੀ ਓਏ ਤੇਰੀ ਭੈਣ ਦੀ ਲੁੱਚਿਆ ਤੇਰੀ ਭੈਣ ਨੂੰ ਲੋਕੋ ਕੰਜਰੋ ਅੰਨਿਓ ਸਰਕਾਰ ਦੀ ਮਾਂ ਦੀ ਅੱਖਾਂ ਫੁੱਟੀਆਂ ਵਾਲਿਓ ਮੈਂ ਤੁਹਾਡੇ ਸਿਰ 'ਤੇ ਪੀਜੂ ਮੇਰੇ ਸਾਹਮਣੇ ਆ ਮੈਂ ਕੁੜੀ ਸੋਡੀ ਨੂੰ ਸਾਰੇ ਅੰਨੇ ਹੋ ਗਏ ਭੈਣ ਦੇ ਲੋਕ ਹੈਰਾਨ ਹੋਏ ਖੜੇ ਵੇਖ ਰਹੇ ਸੀ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਦਾ ਕੈਂਟਰ ਭਾਰ ਕੇ ਆ ਗਿਆ ਜੇਟੂ ਹਜੇ ਵੀ ਬੁੱਤ ਤੇ ਬੱਟੇ ਮਾਰਦਾ ਮੁੜਕੋ ਮੁੜਕੀ ਹੋਇਆ ਗਾਲਾਂ ਕੱਢ ਰਿਹਾ ਸੀ ਪੁਲਿਸੀਆਂ ਦੇ ਧੌਲ ਤਫੇ ਤੇ ਡਾਂਗਾ ਉਹਦੇ ਉੱਤੇ ਗੜਿਆਂ ਵਾਂਗ ਵਰਨ ਲੱਗ ਪਿਆ ਉਹਦੇ ਪੈਰੋਂ ਟੁੱਟੇ ਛਿੱਤਰ ਨਿਕਲ ਗਏ ਝੋਲੇ 'ਚ ਪਾਏ ਪੁਰਾਣੇ ਕੱਪੜੇ ਲੀਰਾਂ ਵਾਂਗ ਖਿੰਡ ਗਏ ਸਿਰ ਤੇ ਬੰਨਿਆ ਮੈਲਾ ਜਾ ਪਰਨਾ ਹਜੂਮ ਦੇ ਪੈਰਾਂ ਵਿੱਚ ਮਧੋਲਿਆ ਗਿਆ ਸੀ ਉਹਨੂੰ ਸੈਲਰ ਦੀ ਬੋਰੀ ਵਾਂਗ ਕਢੀਸਦਿਆਂ ਕੈਂਟਰ ਵਿੱਚ ਫੇਰ ਸੁੱਟ ਲਿਆ ਪੁਲਿਸ ਦਾ ਕੈਂਟਰ ਜੇਠੂ ਨੂੰ ਲੈ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਗੁਆਚ ਗਿਆ ਹਨੇਰਾ ਹੋਰ ਗਾੜਾ ਹੋ ਗਿਆ ਸੀ ਅਜੇ ਹਾਂ ਹੀ ਕੁਝ ਹੁੰਦਾ ਸਾਡੇ ਭਾਰਤ ਦੇਸ਼ ਵਿੱਚ ਸੱਚਿਆਂ ਨੂੰ ਜੇਲ੍ਹਾਂ ਹੁੰਦੀਆਂ ਨੇ ਤੇ ਲੁੱਟਿਆਂ ਨੂੰ ਪੁੱਛਿਆ ਜਾਂਦਾ ਤੁਸੀਂ ਇਸ ਕਹਾਣੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਧੰਨਵਾਦ